ਨੌਵਲ 12th ਫੇਲ ਦਾ 45 ਮੰਗ ਮੁੱਖ ਪ੍ਰੀਖਿਆ ਦਾ ਰਿਜ਼ਲਟ ਆਇਆ ਨੂੰ ਕਈ ਦਿਨ ਹੋ ਗਏ ਸਨ पांडे ਦਾ ਦੁੱਖ ਘਟ ਹੋ ਗਿਆ ਸੀ ਇਸ ਲਈ ਜਦੋਂ ਅਵਿਨਾਸ਼ ਮਨੋਜ ਨੂੰ ਮਿਲਣ ਲਈ ਉਹਦੇ ਕਮਰੇ ਤੇ ਜਾਣ ਲੱਗਾ ਉਹ ਵੀ ਉਹਦੇ ਨਾਲ ਹੋ ਲਿਆ ਸ਼ਾਮ ਹੋ ਚੁੱਕੀ ਸੀ ਨੇੜੇ ਦੇ ਕਮਰੇ 'ਚ ਵਰੁਣ ਹਨੂਮਾਨ ਚਾਲੀਸਾ ਦਾ ਪਾਠ ਕਰ ਰਿਹਾ ਸੀ ਅੱਜ ਉਹਦਾ ਸੋਰੋਦਾਸ ਸੀ ਪਰ ਹਨੂਮਾਨ ਚਾਲੀਸਾ ਦੀ ਵਿਦਿਆવાન ਗੁਣੀ ਅਤਿ ਚਾਤਰ ਰਾਮ ਕਾਜ ਕਰਬੇ ਕੋ ਆਤਰ 70 ਤੱਕ ਆਉਂਦੀ ਆਉਂਦੇ ਉਹਦਾ ਉਦਾਸ ਸੁਰ ਰੋਣ ਦੀ ਆਵਾਜ਼ ਚ ਹਨੂਮਾਨ ਚਾਲੀਸਾ ਪੜਨ ਲੱਗਾ ਅੰਤੇ ਜੋ ਹਨੂਮਾਨ ਚਾਲੀਸਾ ਛੱਡ ਕੇ ਜ਼ੋਰ ਸ਼ੋਰ ਨਾਲ ਰੋਣ ਲੱਗਾ ਫਿਰ ਅਚਾਨਕ ਧੜਾ ਧੜ ਧੜ ਦੀ ਆਵਾਜ਼ ਆਉਣ ਲੱਗੀ ਜਿਵੇਂ ਕੋਈ ਸਮਾਨ ਥੱਲੇ ਸੁੱਟ ਰਿਹਾ ਹੋਵੇ ਮਨੋਜ पांडे ਤੇ ਅਵਿਨਾਸ਼ ਵਰਮ ਦੇ ਕਮਰੇ ਵੱਲ ਭੱਜੇ ਉੱਥੇ ਜਾ ਕੇ ਵੇਖਿਆ ਪਰ ਉਹ ਆਪਣੇ ਪਲੰਗ ਤੇ ਪਿਆ ਜ਼ੋਰ ਸ਼ੋਰ ਨਾਲ ਰੋ ਰਿਹਾ ਹੈ ਪੂਜਾ ਦੀ ਅਲਮਾਰੀ ਥੱਲੇ ਭਗਵਾਨ ਦਾ ਸਿੰਘਾਸਨ ਪਿੱਤਲ ਦੇ ਹਨੂਮਾਨ ਦੂਜੇ ਦੇਵੀ ਦੇਵਤੇ ਜ਼ਮੀਨ ਤੇ ਪਏ ਐ ਸਭ ਕਾਬਰ ਗਏ ਸਾਰਿਆਂ ਨੂੰ ਸ਼ੱਕ ਹੋਇਆ ਵਰਨ ਦੇ ਪਰਿਵਾਰ ਚ ਕੁਝ ਨੈਸ਼ ਨਾ ਹੋ ਗਿਆ ਹੋਵੇ ਵਰਨ ਦਾ ਰੂਮ ਪਾਰਟਨਰ ਖੁੰਝੇਚ ਖੜਾ ਸੀ ਮਨੋਜ ਨੇ ਉਹ ਤੋਂ ਇਸ ਵਿਰਲਾਪ ਦਾ ਕਾਰਨ ਜਾਣਨਾ ਚਾਹਿਆ ਉਹ ਕੁਝ ਬੋਲਦਾ ਉਹ ਤੋਂ ਪਹਿਲਾਂ ਵਰਨ ਨੇ ਜ਼ੋਰ-ਜ਼ੋਰ ਨਾਲ ਹਾਈ ਵੰਦਨਾ ਹਾਈ ਵੰਦਨਾ ਤੂੰ ਕਿੱਥੇ ਚਲੇਗੀ ਹੁਣ ਮੈਂ ਕਿਵੇਂ ਜੀਵਾਂਗਾ ਦਾ ਦਿਲ ਚੀਰਵਾ ਰੋਦਨ ਸ਼ੁਰੂ ਕਰ ਦਿੱਤਾ ਪਿਆਰ ਦੇ ਮਾਮਲਿਆਂ ਦੇ ਮਾਹਰ ਸਮਝ ਗਏ ਕਿ ਮਾਮਲਾ ਕੁੜੀ ਦਾ वरुण ਦੇ ਰੂਮ 파ਟਨਰ ਨੇ ਮੌਕਾ ਮਿਲਦੇ ਹੀ ਵਿਸਥਾਰ ਨਾਲ ਘਟਨਾ ਬਾਰੇ ਦੱਸਣਾ ਸ਼ੁਰੂ ਕੀਤਾ। वरुण ਦੀ ਪ੍ਰੇਮਿਕਾ ਉੱਤਰ ਪ੍ਰਦੇਸ਼ ਦੀ ਪੀਐਸਸੀ ਵਿੱਚ ਸੇਲ ਟੈਕਸ ਇਨਸਪੈਕਟਰ ਦੇ ਅਹੁਦੇ ਤੇ ਸਿਲੈਕਟ ਹੋਈ ਹੈ। ਪੜ੍ਹਾਈ ਦੌਰਾਨ ਦੋਵੇਂ ਪਿਆਰ ਕਰਨ ਲੱਗੇ ਸਨ। ਉਸ ਕੁੜੀ ਨੇ वरुण ਨਾਲ ਵਾਅਦਾ ਕੀਤਾ ਸੀ ਉਹ ਸਿਲੈਕਸ਼ਨ ਤੋਂ ਬਾਅਦ ਹੀ ਵਿਆਹ ਕਰ ਸਕੇਗੀ। ਕੁੜੀ ਦੀ ਸਿਲੈਕਸ਼ਨ ਹੋ ਗਈ वरुण ਦੀ ਨਹੀਂ ਹੋਈ। ਸਿਲੈਕਸ਼ਨ ਤੋਂ ਬਾਅਦ ਉਹਨੇ ਯੂਪੀ ਚ ਸਿਲੈਕਟਡ ਡੀਐਸਪੀ ਮੁੰਡੇ ਨਾਲ ਵਿਆਹ ਕਰਾ ਲਿਆ। ਇਸ ਲਈ वरुण ਦੁਖੀ ਹੈ। ਇਹ ਕਹਾਣੀ ਸੁਣ ਕੇ ਪਾਂਡੇ ਤੁਰਿਆ ਨਾ ਗਿਆ ਉਹਨੇ ਸਮੂਹਕ ਰੂਪ ਨਾਲ ਕਿਹਾ ਪਹਿਲਾਂ ਪੜ੍ਹਾਈ ਕਰ ਲੈਂਦੇ ਪਿਆਰ ਬਾਅਦ ਚ ਕਰ ਲੈਂਦੇ ਇਨਾ ਆਖ ਕੇ ਪਾਂਡੇ ਨੇ ਮਨੋਜ ਤੇ ਨਿਗਾਹ ਟਿਕਾਈ ਜਿਵੇਂ ਵਾਕ ਉਸੇ ਲਈ ਬੋਲਿਆ ਗਿਆ ਹੋਵੇ ਪਾਂਡੇ ਨੇ ਆਪਣਾ ਹਾਸਾ ਦਬਾਉਂਦੇ ਹੋਏ ਵਿਨਾਸ਼ ਨੂੰ ਕਿਹਾ ਵਿਨਾਸ਼ ਮੈਨੂੰ ਵਰਣ ਚ ਮਨੋਜ ਦੇ ਦਰਸ਼ਨ ਹੋ ਰਹੇ ਐ ਕੁੜੀ ਦਾ ਮਿਲਣਾ ਸਿਲੈਕਸ਼ਨ ਤੇ ਨਿਰਭਰ ਐ ਜੇ ਮਨੋਜ ਦੀ ਸਿਲੈਕਸ਼ਨ ਨਾ ਹੋਈ ਤੇ ਡਿਪਟੀ ਕਲੈਕਟਰ ਸ਼ਰਦਾ ਇਹਨਾਂ ਨੂੰ ਛੱਡ ਕੇ ਚਲੀ ਗਈ ਉਦੋਂ ਇਹਨਾਂ ਦਾ ਕੀ ਹੋਏਗਾ ਅੱਜ ਆਪਣੇ ਵਿਚਾਰਧਾਰਾਂ ਨੂੰ ਲੈ ਕੇ पांडे 'ਚ ਗਜ਼ਬ ਦਾ ਆਤਮ ਵਿਸ਼ਵਾਸ ਸੀ ਸ਼ਰਦਾ ਬਹੁਤ ਸਮਝਦਾਰ ਹੈ ਮਨੋਜ ਨੂੰ ਛੱਡ ਕੇ ਕਿਤੇ ਨਹੀਂ ਜਾਏਗੀ ਅਵਿਨਾਸ਼ ਨੇ ਸਮਝਦਾਰੀ ਦਾ ਪਰਿਚੈ ਦਿੰਦੇ ਹੋਏ पांडे ਨੂੰ ਕਿਹਾ ਸਮਝਦਾਰ ਕੁੜੀਆਂ ਹੀ ਤਾਂ ਚੰਗੇ ਆਪਸ਼ਨ ਵੱਲ ਚਲੀਆਂ ਜਾਂਦੀਆਂ ਹਨ ਬੇਵਕੂਫ ਤਾਂ ਫਸੀਆਂ ਰਹਿੰਦੀਆਂ ਹਨ ਇਹੋ ਤਾਂ ਸਮੱਸਿਆ ਹੈ ਕਿ ਸ਼ਰਦਾ ਸਮਝਦਾਰ ਹੈ ਵਰੁਣ ਦੀ ਵੰਦਨਾ ਵੀ ਸਮਝਦਾਰ ਸੀ ਜਿਨੇ ਡੀਐਸਪੀ ਨਾਲ ਡੀਐਸਪੀ ਮੁੰਡੇ ਨਾਲ ਵਿਆਹ ਕਰਾ ਲਿਆ ਬੇਵਕੂਫ ਹੁੰਦੀ ਤਾਂ ਵਰਨ ਦੇ ਚੱਕਰ ਚ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੀ ਪਾਂਡੇ ਨੂੰ ਸ਼ਰਦਾ ਦੀ ਸਮਝਦਾਰੀ ਤੇ ਪੂਰਾ ਭਰੋਸਾ ਸੀ ਕਿ ਮਨੋਜ ਦੀ ਸਿਲੈਕਸ਼ਨ ਨਾ ਹੋਣ ਤੇ ਉਹਨੂੰ ਛੱਡ ਕੇ ਚਲੀ ਜਾਏਗੀ ਅਵਿਨਾਸ਼ ਨੇ ਕਿਹਾ ਮਨੋਜ ਦੀ ਸਿਲੈਕਸ਼ਨ ਪੱਕੀ ਹੈ ਪਾਂਡੇ ਤੁਸੀਂ ਫਜ਼ੂਲ ਹੀ ਸ਼ੱਕੀ ਹੋ ਰਹੇ ਹੋ ਪਰ ਪਾਂਡੇ ਨੇ ਆਪਣਾ ਸਿਧਾਂਤ ਨਾ ਛੱਡਿਆ ਉਲਟੀ ਸਿੱਧੀ ਗੱਲ ਨਾ ਕਰੋ ਅਵਿਨਾਸ਼ ਯਥਾਰਥਕ ਹੋ ਕੀ ਗਾਰੰਟੀ ਹੈ ਸਿਲੈਕਸ਼ਨ ਦੀ ਇੰਟਰਵਿਊ ਦੇਣ ਵਾਲੇ ਸਾਰੇ 1500 ਉਮੀਦਵਾਰ ਸਿਲੈਕਸ਼ਨ ਦੀ ਉਮੀਦ ਲਗਾਈ ਬੈਠੇ ਹੋਣਗੇ ਹੋਣਗੇ ਕਿੰਨੇ 4-500 ਹਜ਼ਾਰ ਤਾਂ ਬਿਨਾਂ ਸਿਲੈਕਸ਼ਨ ਦੇ ਹੀ ਰਹਿਣਗੇ ਨਾ ਮੰਨ ਲਓ ਮਨੋਜ ਦੀ ਸਿਲੈਕਸ਼ਨ ਨਾ ਹੋਈ ਸ਼ਰਦਾ ਵੀ ਉਹਨੂੰ ਛੱਡ ਕੇ ਚਲੀ ਜਾਏਗੀ ਫਿਰ ਇਹਨਾਂ ਦਾ ਕੀ ਹੋਏਗਾ ਪਾਂਡੇ ਨੇ ਸ਼ਰਦਾ ਤੇ ਸਫਲਤਾ ਤੋਂ ਬਿਨਾਂ ਤਰਸਯੋਗ ਮਨੋਜ ਦਾ ਕਲਪਨਾ ਚਿੱਤਰ ਖਿੱਚ ਕੇ ਆਪਣੇ ਮਿੱਤਰ ਪ੍ਰਤੀ ਆਪਣੀ ਚਿੰਤਾ ਪ੍ਰਗਟ ਕੀਤੀ ਪਰ ਮਨੋਜ ਨੂੰ ਸ਼ਰਦਾ ਤੇ ਪੂਰਾ ਭਰੋਸਾ ਸੀ ਉਹਨੇ ਪਾਂਡੇ ਨੂੰ ਕਿਹਾ ਤੁਸੀਂ ਅਜੇ ਸ਼ਰਦਾ ਨੂੰ ਨਹੀਂ ਜਾਣਦੇ ਸ਼ਰਦਾ ਨੇ ਇੱਕ ਵਾਰ ਜਿਹਨੂੰ ਚੁਣ ਲਿਆ ਉਹਨੂੰ ਕਦੇ ਛੱਡ ਨਹੀਂ ਸਕਦੀ ਅਜਾਈਆਂ ਕਪੂਲ ਕਲਪਨਾਵਾਂ ਪਿਆਰ ਚ ਡੁੱਬਿਆ ਹਰੇਕ ਪ੍ਰੇਮੀ ਕਰਦਾ ਵਰੁਣ ਵੀ ਕਰਦਾ ਸੀ ਪਾਂਡੇ ਨੇ ਮਨੋਜ ਨੂੰ ਕਿਹਾ ਪਾਂਡੇ ਨੇ ਫਿਰ ਮਨੋਜ ਨੂੰ ਸੁਣਾਉਣ ਵਾਲੀ ਗੱਲ ਅਵਿਨਾਸ਼ ਵੱਲ ਵੇਖਦੇ ਹੋਏ ਆਖੀ ਸ਼ਰਦਾ ਨੂੰ ਆਪਣੇ ਡਿਪਟੀ ਕਲੈਕਟਰ ਬਣਨ ਤੋਂ ਤੁਰੰਤ ਬਾਅਦ ਮਨੋਜ ਕੋਲ ਆ ਜਾਣਾ ਚਾਹੀਦਾ ਸੀ ਪਰ ਅਜੋ ਦਾ ਰਿਜ਼ਲਟ ਆਇਆ ਨੂੰ ਇੱਕ ਹਫਤਾ ਬੀਤ ਗਿਆ ਸ਼ਰਦਾ ਦਾ ਕਿਤੇ ਅਤਾ ਪਤਾ ਨਹੀਂ ਹੈ ਸ਼ਰਦਾ ਹੁਣ ਮਨੋਜ ਦਾ ਰਿਜ਼ਲਟ ਉਡੀਕ ਰਹੀ ਹੈ ਮਨੋਜ ਸਫਲ ਹੋ ਗਿਆ ਆ ਜਾਏਗੀ ਜੇ ਅਸਫਲ ਹੋ ਗਿਆ ਤਾਂ ਮਨੋਜ ਉਹਦਾ ਰਾਹੀ ਤੱਕ ਦਾ ਰਹੇਗਾ ਸ਼ਰਦਾ ਨੂੰ ਵੰਦਨਾ ਬਣਨ ਚ ਸਮਾਂ ਨਹੀਂ ਲੱਗੇਗਾ ਮਨੋਜ ਦੇ ਪਿਆਰ ਨੂੰ ਰੋਕਣ ਹੁਣ ਤੱਕ ਸਫਲ ਰਹਿ ਪਾਡੇ ਨੇ ਹੁਣ ਆਪਣੇ ਵਿਰੋਧੀ ਦਿਸ਼ਾ ਬਦਲ ਦਿੱਤੀ ਸੀ ਉਹਨੂੰ ਡਿਪਟੀ ਕਲੈਕਟਰ ਬਣਨ ਤੋਂ ਬਾਅਦ ਸ਼ਰਦਾ ਤੇ આરોਪ ਲਗਾ ਰਿਆ ਸੀ ਕਿ ਉਹਦਾ ਪਿਆਰ ਸੱਚਾ ਨਹੀਂ ਤੇ ਉਹ ਮਨੋਜ ਦੀ ਅਸਫਲ ਰਹਿਣ ਤੇ ਉਹਨੂੰ ਛੱਡ ਦੇਗੀ ਅੰਗ 46 ਇਕ ਦਿਨ ਇੰਟਰਵਿਊ ਦੀ ਕੋਚਿੰਗ ਤੋਂ ਬਾਅਦ ਮਨੋਜ ਨੇ ਕਮਰੇ ਤੇ ਆ ਕੇ ਵੇਖਿਆ ਕਿ ਨੇੜੇ ਦੇ ਕਮਰੇ 'ਚ ਰਹਿਣ ਵਾਲਾ ਵਰਨ ਆਪਣਾ ਸੂਟਕੇਸ ਫੜੀ ਕਿਤੇ ਜਾ ਰਿਹਾ ਹੈ। ਮਨੋਜ ਨੇ ਉਹਨੂੰ ਪੁੱਛਿਆ ਕਿੱਥੇ ਜਾ ਰਹੇ ਹੋ ਵਰਨ ਵੀਰੇ? ਵਰਨ ਨੇ ਭੜਕ ਕੇ ਕਿਹਾ ਇਸ ਬੇਵਫਾਦਿਲੀ ਨੂੰ ਛੱਡ ਕੇ ਆਪਣੇ ਘਰ ਜਾ ਰਿਹਾ। ਮਰੀਆਣੀ ਮੈਂ ਆਜੇ ਨਹੀਂ ਬਣ ਸਕਿਆ IAS, IPS ਤਾਂ ਕਿਉਂ ਆਈਏਐਸ, ਆਈਪੀਐਸ ਸਜਿਆਂ ਕਿਹੜਾ ਵੱਡਾ ਕੰਮ ਕਰਦੇ ਐ। ਨਿਤਾਵਾਂ ਸਾਹਮਣੇ ਆਪਣੀ ਪੂਛ ਦਬ ਕੇ ਖੜੇ ਰਹਿੰਦੇ ਐ। ਇਸ ਲਈ ਮੈਂ ਹੁਣ ਰਾਜਨੀਤੀ 'ਚ ਜਾਵਾਂਗਾ, ਮੰਤਰੀ ਬਣਾਂਗਾ। ਮਨੋਏ ਤੁਹਾਡੀ ਸਿਲੈਕਸ਼ਨ ਨਾ ਹੋਈ ਤਾਂ ਕਾਬਰੀ ਨਾ ਮੇਰੀ ਪਾਰਟੀ ਜੁਆਇਨ ਕਰ ਲੈਣਾ ਤੁਹਾਨੂੰ ਵੀ ਵਿਧਾਇਕ ਬਣਾ ਦੇਵਾਂਗਾ ਕਈ ਦਿਨਾਂ ਦੀ ਵਧੀ ਹੋਈ ਦਾੜੀ ਤੇ ਕਈ ਦਿਨਾਂ ਤੋਂ ਨੀਂਦੀਆਂ ਲਾਲ ਅੱਖਾਂ 'ਚ ਅਜੀਬ ਜਿਹੀ ਲਾਚਾਰੀ ਵਰਨ ਦੇ ਚਿਹਰੇ ਤੇ ਝਲਕ ਰਹੀ ਸੀ ਉਹ ਪਾਗਲਾ ਵਾਂਗ ਉੱਠ ਪਟੰਗ ਲੰਘ ਕਰ ਰਿਹਾ ਸੀ ਉਹਦੇ ਪੈਰ ਇੱਕ ਥਾਂ ਸਥਿਰ ਨਹੀਂ ਸੀ ਜ਼ਮੀਨ ਤੇ ਰੱਖਿਆ ਆਪਣਾ ਬਰੀਫਕੋਸ ਕੇਸ ਛੱਡ ਕੇ ਉਹ ਪੌੜੀਆਂ ਵੱਲ ਤੁਰ ਪਿਆ ਫਿਰ ਉਹਨੂੰ ਯਾਦ ਆਇਆ ਕਿ ਉਹ ਆਪਣਾ ਬਰੀਫ ਕੇਸ ਭੁੱਲ ਗਿਆ ਉਹਨੇ ਵਾਪਸ ਆ ਕੇ ਆਪਣਾ ਬਰੀਫ ਕੇਸ ਚੁੱਕਿਆ ਲੜਖੜਾਉਂਦੇ ਪੌੜੀਆਂ ਤੋਂ ਥੱਲੇ ਉਤਰਨ ਲੱਗਾ ਆਖਰੀ ਕੁਝ ਪੌੜੀਆਂ ਤੇ ਸੰਭਲ ਨਾ ਸਕਿਆ ਤੇ ਲੜਖੜਾ ਕੇ ਡਿੱਗ ਪਿਆ ਬਰੀਫ ਕੇਸ ਡਿੱਗ ਕੇ ਖੁੱਲ ਗਿਆ ਮਨੋਜ ਨੇ ਤੇਜ਼ੀ ਨਾਲ ਪੌੜੀਆਂ ਉਤਰ ਕੇ ਵਰਨ ਨੂੰ ਸੰਭਾਲ ਲਿਆ ਬਰੀਫ ਕੇਸ ਤੋਂ ਕੁਝ ਸਮਾਨ ਤੇ ਵਰਨ ਦੀ ਪ੍ਰੇਮਿਕਾ ਵੰਦਨਾ ਦੀਆਂ ਕੁਝ ਫੋਟੋਆਂ ਬਾਹਰ ਫੈਲ ਗਈਆਂ ਮਨੋਜ ਨੇ ਉਹਨਾਂ ਨੂੰ ਸੰਭਾਲ ਕੇ ਸੂਟ ਕੇਸ 'ਚ ਰੱਖ ਦਿੱਤਾ वरुण ਲਗਾਤਾਰ ਆਪਣੇ ਕਮਰੇ ਨੂੰ ਵੇਖਣ ਲੱਗਾ ਕਮਰੇ ਨੂੰ ਲਗਾਤਾਰ ਵੇਖਦੇ वरुण ਬੋਲਿਆ ਪੰਜ ਸਾਲ ਪੰਜ ਸਾਲ ਰਿਹਾ ਇੱਥੇ ਹੁਣ ਕਦੇ ਨਹੀਂ ਆਵਾਂਗਾ ਮਨੋਜ ਨੂੰ ਵੇਖ ਕੇ वरुण ਨੇ ਮਨੋਜ ਨੂੰ ਘੁੱਟ ਕੇ ਗੱਲ ਨਾਲ ਲਾ ਲਿਆ ਜ਼ੋਰ ਸ਼ੋਰ ਨਾਲ ਰੋਣ ਲੱਗਾ वरुण ਨਾਲ ਮਨੋਜ ਦੇ ਵੀ ਅਥਰੂ ਵਹਿ ਤੁਰੇ वरुण ਰਿਕਸ਼ੇ ਤੇ ਬੈਠ ਕੇ ਚਲਾ ਗਿਆ ਮਨੋਜ ਦੇਰ ਤੱਕ वरुण ਨੂੰ ਜਾਂਦੇ ਹੋਏ ਵਿਵੇਖਦਾ ਰਿਹਾ ਅੰਗ 47 ਡਿਪਟੀ ਕਲੈਕਟਰ ਬਣਨ ਤੋਂ ਬਾਅਦ ਸ਼ਰਦਾ ਮਨੋਜ ਦੇ ਇੰਟਰਵਿਊ ਤੋਂ ਪਹਿਲਾਂ ਦਿੱਲੀ ਜਾਣਾ ਚਾਹਦੀ ਸੀ। ਪਾਪਾ ਕੋਲ ਦਿੱਲੀੋਂ ਆਏ ਅਣਜਾਣੇ ਫੋਨ ਕਰਨੋਂ ਆਪਣੇ ਪਾਪਾ ਨਾਲ ਗੱਲ ਨਹੀਂ ਕਰ پا ਰਹੀ ਸੀ। ਪਰ ਇੱਕ ਦਿਨ ਉਹਦੇ ਪਾਪਾ ਆਪਣੇ ਬਾਗੀਚੇ 'ਚ ਫੁੱਲਾਂ ਤੇ ਸਬਜ਼ੀਆਂ ਨੂੰ ਪਾਣੀ ਦੇ ਰਹੇ ਸੀ। ਸ਼ਰਦਾ ਦੂਰ ਖੜੇ ਆਪਣੇ ਪਾਪਾ ਨਾਲ ਆਪਣੇ ਮਨ ਦੀ ਗੱਲ ਆਖਣ ਦੀ ਹਿੰਮਤ ਜਟਾਰੀ ਸੀ। ਉਹਨੇ ਪਾਪਾ ਨੂੰ ਕਿਹਾ ਪਾਪਾ ਇਹ ਗੁਲਾਬ ਕਿੰਨੇ ਸੋਹਣੇ ਖਿੜੇ ਨੇ। ਪਿਛਲੇ ਸਾਲ ਕਿਵੇਂ ਮੁਰਝਾ ਗਏ ਸੀ। ਸ਼ਰਦਾ ਗੁਲਾਬ ਤਾਂ ਇਸੇ ਸਾਲ ਲਗਾਈ ਹੈ ਪਿਛਲੇ ਸਾਲੇ ਗੁਲਾਬ ਨਹੀਂ ਲੱਗੇ ਸੀ ਤੂੰ ਸ਼ਾਇਦ ਕੁਝ ਹੋਰ ਕਹਿਣਾ ਚਾਹੁੰਨੀ ਹੈ ਪਪਾ ਸ਼ਾਇਦ ਉਹਦੇ ਮਨ ਦੀ ਉਲਝਣ ਸਮਝ ਰਹੀ ਸੀ ਪਪਾ ਸਾਹਮਣੇ ਮਨੋਜ ਬਾਰੇ ਗੱਲ ਕਰਨ ਦੀ ਸ਼ਰਦਾ ਦੀ ਹਿੰਮਤ ਨਹੀਂ ਹੋ ਰਹੀ ਸੀ ਪਰ ਬਿਨਾਂ ਗੱਲ ਕੀਤੇ ਉਹ ਮਨੋਜ ਕੋਲ ਜਾ ਵੀ ਨਹੀਂ ਸਕਦੀ ਪਪਾ ਨੇ ਅਜੇ ਤੱਕ ਸ਼ਰਦਾ ਕੋਲ ਦਿੱਲੀੋਂ ਆਏ ਫੋਨ ਦਾ ਜ਼ਿਕਰ ਨਹੀਂ ਕੀਤਾ ਸੀ ਉਹਦੀ ਮੰਮੀ ਨੇ ਉਹਨੂੰ ਫੋਨ ਵਾਲੀ ਗੱਲ ਦੱਸੀ ਸੀ ਇਸ ਲਈ ਹੁਣ ਉਹਨੇ ਤੈਅ ਕਰ ਲਿਆ ਸੀ ਕਿ ਉਹ ਆਪਣੇ ਪਪਾ ਦੇ ਮਨ ਚ ਆਈਆਂ ਹੋਈਆਂ ਸਾਰੀਆਂ ਸ਼ੰਕਾਵਾਂ ਨੂੰ ਖਤਮ ਕਰਕੇ ਪਾਪਾ ਦੀ ਮਨਜ਼ੂਰੀ ਨਾਲ ਹੀ ਦਿੱਲੀ ਜਾਏਗੀ। ਉਹਨੇ ਪਾਪਾ ਤੋਂ ਨਜ਼ਰਾਂ ਚੁਰਾਉਂਦੇ ਕਿਆ ਪਾਪਾ ਉਹ ਦਿੱਲੀ 'ਚ ਮਨੋਜ ਹੈ ਨਾ। ਇਸ ਅਧੂਰੇ ਵਾਕ ਤੋਂ ਅੱਗੇ ਉਹ ਕੁਝ ਬੋਲ ਨਾ ਸਕੇ। ਉਹਨੂੰ ਆਪਣੇ ਗੱਲ 'ਚ ਵਿਰੋਧ ਮਹਿਸੂਸ ਹੋਇਆ। ਪਾਪਾ ਉਹਦੇ ਚਿਹਰੇ ਦੀ ਰੰਗਤ ਵੇਖ ਕੇ ਉਹਦੇ ਮਨ ਦਾ ਹਾਲ ਸਮਝ ਗਏ। ਪਾਪਾ ਨੇ ਪੁੱਛਿਆ ਕਿ ਉਹ ਵੀ ਤੁਹਾਡੇ ਨਾਲ ਡਿਪਟੀ ਕਲੈਕਟਰ ਬਣ ਗਿਆ। ਸ਼ਰਦਾ ਦਾ ਰਾਸ ਸੌਖਾ ਨਹੀਂ ਸੀ। ਉਹਨੇ ਕਿਹਾ ਉਹਦਾ ਆਈ.ਐਸ. ਮੀਨਸ ਕਲੀਅਰ ਹੋ ਗਿਆ ਹੈ। ਉਹਨੇ ਇੰਟਰਵਿਊ ਦੇਣਾ ਹੈ। ਕਿੰਨਵਾਂ ਅਟੈਂਪਟ ਸੀ? ਪਪਾ ਪੂਰੀ ਜਾਂਚ ਪੜਤਾਲ ਕਰ ਰਹੇ ਸੀ ਲਾਸਟ ਸ਼ਰਦਾ ਦਾ ਚਿਹਰਾ ਝੁਕਿਆ ਹੋਇਆ ਸੀ ਕੁਝ ਸਮਾਂ ਚੁੱਪ ਵਰਤੀ ਰਹੀ ਇਹ ਚੁੱਪ ਦਾ ਫਾਇਦਾ ਚੁੱਕਦੇ ਸ਼ਰਦਾ ਦੇ ਪਪਾ ਸਾਹਮਣੇ ਆਪਣੀ ਮੰਗ ਰੱਖਦੀ ਨੋਇ ਦਾ ਇੰਟਰਵਿਊ ਹੈ ਪਪਾ ਕਿ ਮੈਂ ਦਿੱਲੀ ਜਾਵਾਂ ਪਹਿਲਾਂ ਉਹਦੀ ਫਾਈਨਲ ਸਿਲੈਕਸ਼ਨ ਹੋ ਜਾਂਦੇ ਉਹ ਸ਼ਰਦਾ ਪਪਾ ਨਿਰਦਈ யਥਾਰਥ ਦੀ ਜ਼ਮੀਨ ਤੇ ਖੜੇ ਸਨ ਸ਼ਰਦਾ ਨੇ ਆਪਣੇ ਮਨ ਦੀ ਸਾਰੀ ਹਿੰਮਤ ਜੁਟਾ ਕੇ ਆਪਣੀ ਆਖਰੀ ਗੱਲ ਪਪਾ ਨੂੰ ਆਖਦੀ ਪਪਾ ਜੇਕਰ ਉਹਦੀ ਸਿਲੈਕਸ਼ਨ ਨਾ ਹੋਈ ਤਦੋਂ ਸਕੂਲ ਜਾਣਾ ਹੋਰ ਜ਼ਰੂਰੀ ਹੋ ਜਾਏਗਾ। ਪਾਪਾ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਕੀ ਬੋਲਣ ਉਹ ਸ਼ਰਦਾ ਦੀ ਮਨੋਦਸ਼ਾ ਤੇ ਹੈਰਾਨ ਸੀ। ਪਰ ਉਹਨਾਂ ਨੇ ਬਿਨਾਂ ਪਿਗਲਿਆਂ ਵਾਅਦਾ ਲੈਣਾ ਚਾਹੇ ਮੈਨੂੰ ਉਮੀਦ ਹੈ ਤੂੰ ਮੇਰਾ ਭਰੋਸਾ ਨਹੀਂ ਤੋੜੇਂਗੀ। ਕੀ ਕਿਸੇ ਨਾਲ ਪਿਆਰ ਨਾ ਕਰਕੇ ਇਹ ਭਰੋਸਾ ਬਚਿਆ ਰਹਿ ਸਕਦਾ ਹੈ? ਕੁਝ ਦਿਨ ਪਹਿਲਾਂ ਮਨੋਜ ਵੱਲੋਂ ਆਖਿਆ ਗਿਆ ਇਹ ਵਾਕ ਸ਼ਰਦਾ ਪਾਪਾ ਨੂੰ ਦੁਹਰਾਣਾ ਚਾਹੁੰਦੀ ਸੀ। ਪਰੇ ਵਾਕ ਉਹਦੇ ਮਨ ਤੋਂ ਨਿਕਲ ਕੇ ਉਹਦੇ ਗਲੇ ਚ ਆ ਕੇ ਦਮ ਤੋੜ ਗਿਆ ਉਹ ਪਾਪਾ ਨੂੰ ਆਖ ਨਾ ਸਕੀ ਉਹਦੀਆਂ ਅੱਖਾਂ ਭਿੱਜ ਗਈਆਂ ਵਾਪਸ ਆਪਣੇ ਕਮਰੇ ਤੇ ਚਲੀ ਗਈ ਇੱਕ ਦਿਨ ਸ਼ਰਦਾ ਦੇ ਪੁਰਾਣੇ ਸਕੂਲ ਸਰਸਵਤੀ ਸ਼ਿਸ਼ੂ ਮੰਦਰਲ ਮੋੜਾ ਵਿੱਚ ਉਹਦੇ ਡਿਪਟੀ ਕਲੈਕਟਰ ਬਣਨ ਦੇ ਮੌਕੇ ਤੇ ਸਨਮਾਨ ਸਮਾਰੋਹ ਆਯੋਜਿਤ ਹੋਇਆ ਸ਼ਰਦਾ ਨਾਲ ਉਹਦੇ ਮਾਪਿਆਂ ਨੂੰ ਵੀ ਮੰਚ ਤੇ ਬਿਠਾਇਆ ਗਿਆ ਸ਼ਰਦਾ ਨੂੰ ਉਹਦੀ ਪ੍ਰਿੰਸੀਪਲ ਨੇ ਮੈਡਲ ਪਹਿਨਾਇਆ ਸ਼ਰਦਾ ਨੂੰ ਸਕੂਲ ਦੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਦੋ ਸ਼ਬਦ ਬੋਲਣ ਲਈ ਕਿਹਾ ਗਿਆ ਸ਼ਰਦਾ ਨੇ ਬੋਲਣਾ ਸ਼ੁਰੂ ਕੀਤਾ ਸਤਿਕਾਰਯੋਗ ਦੀਦੀ ਆਚਾਰਿਆ ਜੀ ਤੇ ਮੇਰੇ ਪਿਆਰੇ ਭੈਣ ਭਰਾਓ 7 ਸਾਲ ਪਹਿਲਾਂ ਜਿਹੜਾ ਇੱਕ ਸਨਮਾਨ ਸਮਾਰੋਹ ਇਸੇ ਥਾਂ ਤੇ ਹੋਇਆ ਸੀ ਜਿਸ ਟੈਂਬੀਬੀਐਸ ਲਈ ਚੁਣੇ ਗਏ ਬੱਚਿਆਂ ਦਾ ਸਨਮਾਨ ਹੋਇਆ ਸੀ ਮੈਂ ਐਮਬੀਬੀਐਸ ਤੇ ਸਿਲੈਕਟ ਨਹੀਂ ਹੋ ਸਕੀ ਉੱਥੇ ਪਿੱਛੇ ਬੈਠੀ ਸੀ ਦੁਖੀ ਉਦਾਸ ਮੇਰੇ ਪਾਪਾ ਨੂੰ ਮੇਰੀ ਸਫਲਤਾ ਦਾ ਪੂਰਾ ਭਰੋਸਾ ਸੀ ਪਰ ਮੈਂ ਪਾਪਾ ਦਾ ਭਰੋਸਾ ਤੋੜ ਦਿੱਤਾ ਸੀ ਸ਼ਰਦਾ ਨੇ ਕੁਝ ਸਮਾਂ ਸਾਲਿਆ ਫਿਰ ਅੱਗੇ ਆਖਣਾ ਜਾਰੀ ਰੱਖਿਆ ਮੈਂ ਉਸ ਦਿਨ ਖੁਦ ਨੂੰ ਵਚਨ ਦਿੱਤਾ ਸੀ ਕਿ ਮੈਂ ਆਪਣੇ ਪਾਪਾ ਦਾ ਭਰੋਸਾ ਕਦੇ ਨਹੀਂ ਤੋੜਾਂਗੀ ਭਾਵੇਂ ਕੁਝ ਵੀ ਹੋ ਜਾਏ ਸ਼ਰਦਾ ਨੇ ਅੱਗੇ ਆਖਣਾ ਜਾਰੀ ਰੱਖਿਆ ਬੱਚਿਓ ਇਹ ਇੰਪੋਰਟੈਂਟ ਨਹੀਂ ਹੈ ਕਿ ਅਸੀਂ ਆਪਣੀ ਜ਼ਿੰਦਗੀ ਚ ਕਿਹੜਾ ਟੀਚਾ ਚੁਣਦੇ ਹਾਂ ਇੰਪੋਰਟੈਂਟ ਇਹ ਹੈ ਕਿ ਅਸੀਂ ਉਸ ਟੀਚੇ ਨੂੰ ਪਾਉਣ ਲਈ ਜੀਅ ਜਾਨ ਨਾਲ ਜੁੱਟਦੇ ਹਾਂ ਜਾਂ ਨਹੀਂ ਸਾਨੂੰ ਵਾਅਦਾ ਕਰਨਾ ਚਾਹੀਦਾ ਖੁਦ ਨਾਲ ਆਪਣੇ ਮਾਤਾ ਪਿਤਾ ਨਾਲ ਆਪਣੇ ਦੋਸਤਾਂ ਨਾਲ ਕਿ ਜਦੋਂ ਤੱਕ ਸਾਨੂੰ ਸਾਡਾ ਟੀਚਰ ਨਹੀਂ ਮਿਲ ਜਾਂਦਾ ਅਸੀਂ ਚੈਨ ਨਾਲ ਨਹੀਂ ਬੈਠਾਂਗੇ ਉਹ ਕੁਝ ਸਮਾਂ ਚੁੱਪ ਰਹੀ ਹਾਲਤ ਤਮਾਮ ਬੱਚਿਆਂ ਦੇ ਮਾਪੇ ਵੀ ਉਹਨੂੰ ਧਿਆਨ ਨਾਲ ਸੁਣ ਰਹੇ ਸਨ ਸ਼ਰਦਾ ਉਹਨਾਂ ਵੱਲ ਵੇਖ ਕੇ ਅੱਗੇ ਬੋਲੀ ਪਰ ਮਿਹਨਤ ਕਰਕੇ ਮਿਹਨਤ ਕਰਦੇ ਬੱਚਿਆਂ ਦੇ ਮਨ 'ਚ ਮਾਪਿਆਂ ਨੂੰ ਵੀ ਇਹ ਭਰੋਸਾ ਦੇਣਾ ਹੋਏਗਾ ਕਿ ਜੇਕਰ ਤੁਸੀਂ ਪੂਰੀ ਮਿਹਨਤ ਤੋਂ ਬਾਅਦ ਵੀ ਸਫਲ ਨਾ ਹੋਏ ਤਾਂ ਸਾਡੀਆਂ ਬਾਹਾਂ ਤੁਹਾਨੂੰ ਸੰਭਾਲਣ ਲਈ ਹਮੇਸ਼ਾ ਤੁਹਾਡੇ ਵੱਲ ਫੈਲੀਆਂ ਹੋਈਆਂ ਹਨ ਅੱਜ ਤੁਸੀਂ ਅਸਫਲ ਵੀ ਹੋ ਗਏ ਤਾਂ ਕੋਈ ਗੱਲ ਨਹੀਂ ਕੱਲ ਸਫਲ ਹੋ ਜਾਓਗੇ ਮੈਂ ਹਰ ਸਫਲਤਾ ਅੱਜ ਤੁਹਾਡੇ ਕੋਲ ਆ ਤੁਹਾਡੇ ਨਾਲ ਆ ਸ਼ਰਦਾ ਆਪਣੇ ਭਾषण ਦੇ ਆਖਰੀ ਪੜਾਅ ਤੇ ਪਹੁੰਚ ਗਈ ਮਿਹਨਤ ਕਰਨ ਵਾਲਾ ਹਰ ਬੱਚਾ ਆਪਣੇ ਮਾਤਾ ਪਿਤਾ ਆਪਣੇ ਦੋਸਤਾਂ ਤੋਂ ਇਹੀ ਚਾਹੁੰਦਾ ਹੈ ਕਿ ਜੇ ਉਹ ਸਫਲ ਹੋ ਗਿਆ ਤਾਂ ਉਹਨੂੰ ਸਿਰਫ ਉਦੋਂ ਹੀ ਤੁਹਾਡਾ ਪਿਆਰ ਨਾ ਮਿਲੇ ਉਹ ਅਸਫਲ ਵੀ ਹੋ ਗਿਆ ਤੁਸੀਂ ਉਦੋਂ ਵੀ ਉਹਨੂੰ ਪਿਆਰ ਕਰੋ ਉੱਚਾਉਂਦਾ ਤੁਸੀਂ ਉਹਨੂੰ ਦਿਲਾਸਾ ਦਿਓ ਉਹਨੂੰ ਸੰਭਾਲ ਲਓ ਵੇਖਣਾ ਤੁਹਾਡੇ ਸਾਥ ਨਾਲ ਤੁਹਾਡੇ ਇਸ ਪਿਆਰ ਨਾਲ ਤੁਹਾਡੇ ਇਸ ਭਰੋਸੇ ਨਾਲ ਕੋਈ ਦੂਜਾ ਰਾਹ ਚੁਣ ਕੇ ਜ਼ਰੂਰ ਸਫਲ ਹੋ ਜਾਏਗਾ ਕਿਉਂਕਿ ਕੋਈ ਵੀ ਅਸਫਲਤਾ ਆਖਰੀ ਨਹੀਂ ਹੁੰਦੀ ਹਰ ਅਸਫਲਤਾ ਤੋਂ ਬਾਅਦ ਇੱਕ ਸਫਲਤਾ ਜ਼ਰੂਰ ਮਿਲਦੀ ਹੈ ਇਹਨਾਂ ਆਕੇ ਸ਼ਰਦਾ ਆਪਣੀ ਥਾਂ ਤੇ ਬੈਠ ਗਈ ਉਹਦੇ ਪਾਪਾ ਅੰਦਰ ਲਗਾਤਾਰ ਇਹ ਸ਼ਬਦ ਗੂੰਜ ਰਹੇ ਸੀ ਜੇਕਰ ਉਹ ਸਫਲ ਹੋ ਗਿਆ ਤਦੇ ਉਹਨੂੰ ਤੁਹਾਡਾ ਸਾਥ ਤੁਹਾਡਾ ਪਿਆਰ ਨਾ ਮਿਲੇ ਜੇ ਅਸਫਲ ਵੀ ਹੋ ਗਿਆ ਤਦ ਵੀ ਤੁਸੀਂ ਉਹਨੂੰ ਪਿਆਰ ਕਰੋ ਦੋ ਦਿਨਾਂ ਬਾਅਦ ਮਨੋਜ ਦਾ ਇੰਟਰਵਿਊ ਸੀ ਰਾਤੀ ਸ਼ਰਦਾ ਆਪਣੀ ਡਾਇਰੀ ਦਿਲ ਤੇ ਰੱਖ ਕੇ ਅੱਖਾਂ ਬੰਦ ਕੀਤੀਆਂ ਪਈ ਸੀ ਉਹਦੇ ਹੰਝੂ ਉਹਦੀਆਂ ਗੱਲਾਂ ਤੇ ਸੁੱਕ ਗਏ ਸੀ ਸ਼ਰਦਾ ਦੇ ਪਾਪਾ ਉਹਦੇ ਕਮਰੇ ਚ ਆਏ ਉਹਦੀ ਡਾਇਰੀ ਦੇ ਆਖਰੀ ਪੰਨਿਆਂ 'ਚ ਸਿਰਫ ਸਿਆਹੀ 'ਚ ਭਿੱਜੇ ਹੰਝੂਆਂ ਦੇ ਨੀਲੇ ੱੱਬੇ ਵਿਖਾਈ ਦੇ ਰਹੇ ਸਨ ਕੁਝ ਸਮਝ ਨਾ ਆਇਆ ਕੀ ਲਿਖਿਆ ਪਾਪਾ ਨੇ ਡਾਇਰੀ ਉਹਦੇ ਸਿਰਹਾਣੇ ਰੱਖਤੀ ਉਹਨੂੰ ਇੱਕ ਟੱਕ ਵੇਖਦੇ ਰਹੇ ਕੁਝ ਦਿਨ ਪਹਿਲਾਂ ਪਾਪਾ ਦਾ ਸੁਪਨਾ ਪੂਰਾ ਕਰਨ ਵਾਲੀ ਸ਼ਰਦਾ ਦਾ ਚਿਹਰਾ ਉਦਾਸੀ 'ਚ ਡੁੱਬਿਆ ਪਾਪਾ ਤੋਂ ਜ਼ਿਆਦਾ ਸ਼ਰਦਾ ਨੂੰ ਕੌਣ ਜਾਣਦਾ ਹੈ ਉਹਦੀ ਸਮਝਦਾਰੀ ਤੇ ਪਾਪਾ ਨੂੰ ਪੂਰਾ ਭਰੋਸਾ ਹੈ ਉਹ ਪਾਪਾ ਦੀ ਸਭ ਤੋਂ ਪਿਆਰੀ ਬੇਟੀ ਹੈ ਉਹਨੇ ਕਦੇ ਕੋਈ ਜ਼ਿੱਦ ਨਹੀਂ ਕੀਤੀ ਪਾਪਾ ਨੂੰ ਕਦੇ ਆਪਣੀ ਕੋਈ ਇੱਛਾ ਨਹੀਂ ਦੱਸੀ ਹਮੇਸ਼ਾ ਸਿਰਫ ਪੜ੍ਹਾਈ 'ਚ ਮਨ ਲਗਾਇਆ ਪਾਪਾ ਨੂੰ ਅੱਜ ਉਹ ਦਿਨ ਯਾਦ ਆ ਰਿਹਾ ਸੀ ਜਦੋਂ ਸ਼ਰਦਾ ਪਹਿਲੀ ਵਾਰ ਸਕੂਲ ਡਰੈਸ ਪੈਨਕੀ ਸਕੂਲ ਜਾਣ ਲਈ ਤਿਆਰ ਹੋਈ ਸੀ ਉਸ ਦਿਨ 3 ਸਾਲ ਦੀ ਨਿੱਕੀ ਜੀ ਸ਼ਰਦਾ ਦਾ ਸਕੂਲ ਜਾਣ ਦਾ ਮਨ ਨਹੀਂ ਕਰ ਰਹੀ ਸੀ। ਉਹ ਤਾਂ ਘਰ 'ਚ ਨਵੇਂ-ਨਵੇਂ ਆਏ ਛੋਟੇ ਜਿਹੇ ਖਰਗੋਸ਼ ਨਾਲ ਖੇਡਣਾ ਚਾਹੁੰਦੀ ਸੀ। ਉਸ ਦਿਨ ਵੀ ਉਹਨੇ ਜ਼ਿੱਦ ਨਹੀਂ ਕੀਤੀ ਕਿ ਉਹ ਸਕੂਲ ਨਹੀਂ ਜਾਣਾ ਚਾਹੁੰਦੀ। ਉਹ ਬਸ ਉਦਾਸ ਹੋ ਗਈ ਸੀ। ਉਹਦੀਆਂ ਨਜ਼ਰਾਂ ਬਾਰ-ਬਾਰ ਸਫੈਦ ਰੰਗ ਦੇ ਚੀਕੂ ਖਰਗੋਸ਼ ਨੂੰ ਵੇਖ ਰਹੀਆਂ ਸਨ। ਪਾਪਾ ਨੇ ਨਿੱਕੀ ਜੀ ਸ਼ਰਦਾ ਨੂੰ ਗੋਦੀ ਚੁੱਕ ਲਿਆ, ਲੋਅਰ ਮਾਲ ਰੋਡ ਦੀਆਂ ਪੌੜੀਆਂ ਚੜਨ ਲੱਗੇ। ਪਾਪਾ ਨੇ ਉਸ ਸਮੇਂ ਆਪਣੀ ਗੱਲ ਤੇ ਨਿੱਕੀ ਸ਼ਰਦਾ ਦੇ ਦੋ ਗਰਮ ਹੰਝੂ ਮਹਿਸੂਸ ਕੀਤੇ। ਪਪਾ ਨੇ ਨਿੱਕੀ ਸ਼ਰਦਾ ਨੂੰ ਵੇਖਿਆ ਤਾਂ ਉਹਦੇ ਬੁੱਲਾਂ ਤੇ ਮੁਸਕਰਾਟ ਫੈਲ ਗਈ ਸ਼ਾਇਦ ਮੁਸਕਰਾਟ ਤੇ ਹੰਝੂਆਂ ਦਾ ਕੰਟਰਾਸਟ ਹੰਝੂਆਂ ਦੇ ਚੁਗਲੀ ਛਪਾਉਣਾ ਚਾਹੁੰਦਾ ਸੀ ਅੱਜ ਵੀ ਪਪਾ ਸ਼ਰਦਾ ਦਾ ਚਿਹਰਾ ਵੇਖ ਰਹੇ ਸਨ ਪਪਾ ਨੂੰ ਵੇਖ ਕੇ ਉਹਦੇ ਬੁੱਲਾਂ ਤੇ ਮੁਸਕਰਾਟ ਆ ਗਈ ਪਪਾ ਆਪਣੀ ਬੇਟੀ ਕੋਲ ਬੈਠ ਗਏ ਉਹਦੇ ਸਿਰ ਤੇ ਹੱਥ ਫੇਰਨ ਲੱਗੇ ਉਹਦੀਆਂ ਪਲਕਾਂ ਬੰਦ ਹੋ ਗਈਆਂ ਉਹਦੀਆਂ ਬੰਦ ਪਲਕਾਂ 'ਚ ਪਤਾ ਨਹੀਂ ਕੀ ਹਲਚਲ ਸੀ ਸ਼ਾਇਦ ਅਥਾ ਅਤਲ ਨੀਲ ਨੀਲਾ ਸਮੁੰਦਰ ਅੱਖਾਂ ਅੰਦਰ ਹਲਚਲ ਕਰ ਰਿਹਾ ਸੀ ਪਰ ਅੱਖਾਂ ਨਾ ਖੁੱਲੀਆਂ ਬਿਨਾਂ ਖੁੱਲੀਆਂ ਹੀ ਉਹ ਸਮੁੰਦਰ ਸ਼ਰਦਾ ਦੀਆਂ ਗੱਲਾਂ ਤੇ ਵਗਣ ਲੱਗਾ ਉਹਦੇ ਬੁੱਲਾਂ ਦੀ ਮੁਸਕਰਾਟ ਗਾਇਬ ਹੋ ਗਈ ਪਾਪਾ ਨੇ ਆਪਣੀ ਬੇਟੀ ਨੂੰ ਸੀਨੇ ਨਾਲ ਲਾ ਲਿਆ ਪਿਛਲੇ ਕਈ ਦਿਨਾਂ ਤੋਂ ਡਰੀ ਹੋਈ ਸਹਿਮੀ ਹੋਈ ਚਿੜੀ ਮੁੜ ਆਪਣੇ ਖੰਭਾਂ 'ਚ ਜਾਨ ਮਹਿਸੂਸ ਕਰਨ ਲੱਗੀ ਅੰਗ 48 ਕੱਲ ਨੂੰ ਮਨੋਜ ਦਾ ਇੰਟਰਵਿਊ ਹੈ ਅਜੇ ਵੀ ਸ਼ਰਦਾ ਦੀ ਉਡੀਕ ਕਰ ਰਿਹਾ ਹੈ ਇੰਟਰਵਿਊ ਲਈ ਉਹਨੇ ਵਿਕਾਸ ਸਰਦੇ ਤੇ ਕੋਚਿੰਗ ਲਈ ਆਪਣੇ ਕੈਰੀਅਰ ਜਦੀ ਨਗਰ ਕਰੰਟ ਅਫੇਅਰਜ਼ ਦੀ ਚੰਗੀ ਤਿਆਰੀ ਕਰ ਲਈ ਪਰ ਇੰਟਰਵਿਊ 'ਚ ਤਾਂ ਕੁਝ ਵੀ ਪੁੱਛਿਆ ਜਾ ਸਕਦਾ ਹੈ ਇਸ ਲਈ ਹੁਣ ਕੀ ਪੜੇ ਉਹਨੂੰ ਇਹ ਸਮਝ ਨਹੀਂ ਆ ਰਿਹਾ ਇਸ ਲਈ ਆਪਣੀ ਡਾਇਰੀ ਪੜਨ ਲੱਗਾ ਹੁਣ ਤੱਕ ਦੀ ਜੀਵਨ ਯਾਤਰਾ 12ਵੀਂ ਫੇਲ ਤੋਂ ਲੈ ਕੇ ਇੰਟਰਵਿਊ ਦੀ ਡੈਲਿਸ ਤੱਕ ਦੇ ਆਪਣੇ ਜੀਵਨ ਦੀ ਸੰਘਰਸ਼ ਗਾਥਾ ਡਾਇਰੀ ਪੜਦੇ-ਪੜਦੇ ਮਨੋਜ ਨੂੰ ਉਹ ਦਿਨ ਯਾਦ ਆ ਗਿਆ ਜਦੋਂ ਪਾਂਡੇ ਨੂੰ ਉਦੀ ਨੌਕਰੀ ਲਗਵਾਉਣ ਤਿਆਗੀ ਜੀ ਦੇ ਇਥੇ ਲੈ ਗਿਆ ਸੀ ਆਟਾ ਚੱਕੀ ਤੋਂ ਆਪਣੇ ਨਾਲ ਪੜਨ ਲਈ ਪੀਲੀ ਕੋਠੀ ਲੈ ਗਿਆ ਸੀ ਉਹ ਅੱਜ ਇੰਟਰਵਿਊ ਤੱਕ ਪਹੁੰਚਿਆ ਹੈ ਉਹਦਾ ਬਹੁਤ ਵੱਡਾ ਸ਼ਰੇਪ पांडे ਨੂੰ ਵੀ ਹੈ ਅਜਿਆ ਸੋਚ ਕੇ ਉਹਦਾ ਮਨ पांडे ਪ੍ਰਤੀ కృਤਿਗਤਾ ਨਾਲ ਭਰ ਗਿਆ ਉਹਦੀ ਇੱਛਾ पांडे ਨੂੰ ਮਿਲਣ ਦੀ ਹੋਣ ਲੱਗੀ ਮਨੋਜ पांडे ਦੇ ਕਮਰੇ ਤੇ ਗਾਂਧੀ ਵਿਹਾਰ ਜਾਣ ਲਈ ਤਿਆਰ ਹੋ ਗਿਆ ਜਿਉਂ ਹੀ ਕਮਰੇ ਚੋਂ ਬਾਹਰ ਨਿਕਲੇ ਆ ਸਾਹਮਣੇ ਉਹ ਤੇਜ਼ ਚਾਲ ਨਾਲ ਆਪਣੀਆਂ ਅੱਖਾਂ 'ਚ ਭਰੋਸਾ ਤੇ ਬੁੱਲਾਂ ਤੇ ਮੁਸਕਰਾਟ ਲਈ ਸ਼ਰਦਾ ਆਂਦੇਵ ਖਾਈ ਦਿੱਤੀ ਸ਼ਰਦਾ ਦੇ ਕੋਲ ਨਾ ਹੋਣ ਕਾਰਨ ਉਹਨੂੰ ਸਭ ਕੁਝ ਖਾਲੀ ਜਿਹਾ ਲੱਗਣ ਲੱਗਾ ਸੀ ਸ਼ਰਦਾ ਦੇ ਆਉਂਦੇ ਜਿਵੇਂ ਸਭ ਕੁਝ ਭਰਿਆ ਭਰਿਆ ਜਿਹਾ ਲੱਗਣ ਲੱਗਾ ਉਹਦੀ ਉਲਝੀ ਜ਼ਿੰਦਗੀ ਸਲਝ ਗਈ ਸ਼ਰਦਾ ਨੇ ਮਨੋਜ ਨੂੰ ਕਿਹਾ ਸੌਰੀ ਮਨੋਜ ਮੈਂ ਲੇਟ ਹੋ ਗਈ ਸ਼ਰਦਾ ਨੂੰ ਵੇਖ ਕੇ ਮਨੋਜ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਨਿੱਕੀ ਸ਼ਰਦਾ ਤੂੰ ਮੇਰੀ ਜ਼ਿੰਦਗੀ ਚ ਬਿਲਕੁਲ ਸਹੀ ਸਮੇਂ ਤੇ ਆਈ ਹੈ ਤੁਹਾਡੇ ਆਉਣ ਨਾਲ ਹੀ ਸਭ ਕੁਝ ਵਧੀਆ ਹੋਇਆ ਹੈ ਆਪਣੀ ਤਾਰੀਫ਼ ਸੁਣ ਕੇ ਸ਼ਰਦਾ ਮੁਸਕਰਾਉਣ ਲੱਗੀ ਫਿਰ ਮਨੋਜ ਨੇ ਸ਼ਰਦਾ ਨੂੰ ਕਿਹਾ ਸ਼ਰਦਾ ਮੈਂ ਪਾਂਡੇ ਨੂੰ ਮਿਲਣ ਜਾਣਾ ਹੈ ਮੈਂ ਆਪਣੇ ਜੀਵਨ 'ਚ ਉਹਦਾ ਯੋਗਦਾਨ ਕਦੇ ਨਹੀਂ ਭੁੱਲ ਸਕਦਾ ਮੈਂ ਉਹਦੇ ਬਿਨਾ ਸ਼ਾਇਦ ਇੱਥੇ ਤੱਕ ਨਾ ਪਹੁੰਚ ਸਕਦਾ ਪਰ पांडे ਨੇ ਤਾਂ ਤੁਹਾਡਾ અપਮਾਨ ਕੀਤਾ ਸੀ ਸ਼ਰਦਾ ਨੇ ਮਨੋਜ ਨੂੰ ਪੁੱਛਿਆ ਨਹੀਂ ਸ਼ਰਦਾ पांडे ਮੇਰਾ ਦੋਸਤ ਹੈ ਉਹਨੇ ਗਵਾਲੀਅਰਸ ਮੇਰੀ ਬਹੁਤ ਮਦਦ ਕੀਤੀ ਸੀ ਸ਼ਰਦਾ ਪੰਜਵੀਂ ਸ਼੍ਰੇਣੀ ਦੀ ਹਿੰਦੀ 'ਚ ਇੱਕ ਪਾ ਵਿੱਚ ਇੱਕ ਪਾਠ ਸੀ ਹਰਪਾਲ ਸਿੰਘ ਦੀਆਂ ਪੰਜ ਗੱਲਾਂ ਉਸ ਕਿਹਾ ਗਿਆ ਸੀ ਜਿਨੇ ਕਦੀ ਤੁਹਾਡਾ ਭਲਾ ਕੀਤਾ ਹੋਵੇ ਉਹਦਾ ਸਾਥ ਕਦੇ ਨਾ ਛੱਡੋ ਮਨੋਜ ਦੀ ਗੱਲ ਸੁਣ ਕੇ ਸ਼ਰਦਾ ਦੀਆਂ ਅੱਖਾਂ ਭਿੱਜ ਗਈਆਂ ਮਨੋਜ ਮੈਨੂੰ ਲੱਗਦਾ ਹੈ ਮੈਂ ਤੁਹਾਨੂੰ ਚੁਣ ਕੇ ਦੁਨੀਆ ਦੇ ਸਭ ਤੋਂ ਚੰਗੇ ਮੁੰਡੇ ਨੂੰ ਚੁਣਿਆ ਜਿਸ ਕੋਲ ਜਿਆਦਾ ਦਿਲ ਹੈ ਜਿਹੜਾ ਸਭ ਨਾਲ ਪਿਆਰ ਕਰਨਾ ਜਾਣਦਾ ਹੈ ਜਿਹੜਾ ਕਿਸੇ ਨਾਲ ਨਫ਼ਰਤ ਕਰ ਹੀ ਨਹੀਂ ਸਕਦਾ ਮਨੋਜ ਨੇ ਸ਼ਰਦਾ ਨੂੰ ਕਿਹਾ ਜਦੋਂ ਤੁਸੀਂ ਕਿਸੇ ਇੱਕ ਨੂੰ ਭਰਪੂਰ ਪਿਆਰ ਕਰਦੇ ਹੋ ਤਾਂ ਤੁਹਾਡੇ ਦਿਲ 'ਚ ਕਿਸੇ ਨਾਲ ਨਫ਼ਰਤ ਕਰਨ ਦੀ ਥਾਂ ਕਿੱਥੇ ਬਚਦੀ ਹੈ ਸ਼ਰਦਾ ਦੋਵੇਂ ਪਾਂਡੇ ਦੇ ਕਮਰੇ ਦੇ ਗਾਂਧੀ ਵਿਹਾਰ ਪਹੁੰਚ ਗਏ ਪਾਂਡੇ ਆਪਣੇ ਕਮਰੇ 'ਚ ਪਲੰਘ ਤੇ ਪਿਆ ਦੁਖੀ ਮਨ ਮੇਰੇ ਸੁਣ ਮੇਰਾ ਕਹਿਣਾ ਜਹਾਂ ਨਹੀਂ ਚੈਨ ਵਹਾਂ ਨਹੀਂ ਰਹਿਣਾ ਗਾਣਾ ਗੁੰਗੁਣਾ ਰਿਹਾ ਸੀ ਮਨੋਜ ਨਾਲ ਸ਼ਰਦਾ ਨੂੰ ਵੇਖ ਕੇ ਪਾਂਡੇ ਚੌਂਕ ਗਿਆ ਉਹਨੇ ਗਾਣਾ ਬੰਦ ਕਰਤਾ ਉੱਠ ਕੇ ਬੈਠ ਗਿਆ ਮਨੋਜ ਨੇ ਪਾਂਡੇ ਨੂੰ ਕਿਹਾ ਕੱਲ ਮੇਰਾ ਇੰਟਰਵਿਊ ਹੈ ਪਾਂਡੇ ਮੈਨੂੰ ਇੰਟਰਵਿਊ ਤੱਕ ਪਹੁੰਚਾਨ ਵਿੱਚ ਸ਼ਰਦਾ ਤੋਂ ਇਲਾਵਾ ਜੇਕਰ ਕਿਸੇ ਦਾ ਸਭ ਤੋਂ ਵੱਡਾ ਯੋਗਦਾਨ ਹੈ ਉਹ ਤੁਸੀਂ ਹੋ ਜੇਕਰ ਤੁਸੀਂ ਮੇਰਾ ਸਾਥ ਨਾ ਦਿੱਤਾ ਹੁੰਦਾ ਸ਼ਾਇਦ ਮੈਂ ਕਦੇ ਇੱਥੇ ਤੱਕ ਨਾ ਪਹੁੰਚ ਪਾਉਂਦਾ ਅੱਜ ਮੇਰੇ ਲਈ ਤੁਹਾਡੀਆਂ ਸ਼ੁਭਕਾਮਨਾਵਾਂ ਬਹੁਤ ਜ਼ਰੂਰੀ ਹੈ ਸ਼ਰਦਾ ਨੇ ਮਨੋਜ ਦਾ ਸਾਥ ਦਿੱਤਾ ਵੀਰੇ ਹੁਣ ਤੁਸੀਂ ਵੀ ਆਪਣੀ ਲਾਸਟ ਅਟੈਂਪਟ ਦੀ ਤਿਆਰੀ ਲਈ ਜੀ ਜਾਣ ਨਾਲ ਜੁਟ ਜਾਓ ਮਨੋਜ ਦੀ ਵੀ ਲਾਸਟ ਅਟੈਂਪਟ ਇੰਟਰਵਿਊ ਲਈ ਕਾਲ ਆਈ ਹੈ ਜੇਕਰ ਮਨੋਜ ਦੀ ਸਿਲੈਕਸ਼ਨ ਨਾ ਹੋਈ ਤਾਂ पांडे ਨੇ ਸ਼ਰਦਾ ਦੇ ਮਨ ਦੀ ਥਾ ਲੈਣੀ ਚਾਹੀ ਉਹਨੂੰ ਅਜੇ ਵੀ ਸ਼ਰਦਾ ਤੇ ਭਰੋਸਾ ਸੀ ਕਿ ਮਨੋਜ ਦੇ ਅਸਫਲ ਹੋਣ ਤੇ ਉਹਨੂੰ ਛੱਡ ਕੇ ਚਲੀ ਜਾਏਗੀ ਸ਼ਰਦਾ ਨੇ पांडे ਦੀ ਉਮੀਦ ਨੂੰ ਗਲਤ ਸਾਬਤ ਕਰ ਦੇ ਕਿ ਇਹ ਮੁੱਖ ਗੱਲ ਇਹ ਹੈ ਕਿ ਮਨੋਜ ਨੇ ਪੂਰੀ ਮਿਹਨਤ ਨਾਲ ਆਪਣੀ ਤਿਆਰੀ ਕੀਤੀ ਹੁਣ ਜੇ ਕਰ ਨਹੀਂ ਹੋਇਆ ਤਾਂ ਦੁਨੀਆ 'ਚ ਕਰਨ ਲਈ ਦੂਜੇ ਕੰਮ ਬਹੁਤ ਐ ਮੇਰੇ ਲਈ ਮਨੋਜ ਇੰਪੋਰਟੈਂਟ ਐ ਉਹ ਕੀ ਬਣਦਾ ਇਹ ਇੰਪੋਰਟੈਂਟ ਨਹੀਂ ਆਖਰੀ ਵਾਕ ਆਖਦੇ ਸਮੇ ਸ਼ਰਦਾ ਦੀਆਂ ਨਜ਼ਰਾਂ ਝੁਕ ਗਈਆਂ ਪੰਡਿਤ ਤੁਸੀਂ ਵੀ ਇਸ ਸਾਲ ਟੁੱਟ ਕੇ ਮਿਹਨਤ ਕਰੋ ਫਿਰ ਵੇਖਣਾ ਤੁਹਾਡੇ ਮਨ ਦੀਆਂ ਸਾਰੀਆਂ ਸ਼ੰਕਾਵਾਂ ਸਾਰੇ ਅਵਿਸ਼ਵਾਸ ਸਭ ਦੂਰ ਹੋ ਜਾਣਗੇ ਭੰਕਰ ਮਿਹਨਤ ਹੀ ਐ ਜਿਹੜੀ ਸਾਨੂੰ ਸਭ ਨੂੰ ਸੰਤੁਲਿਤ ਰੱਖਦੀ ਹੈ ਸਫਲਤਾ ਵੀ ਦਿੰਦੀ ਹੈ ਮਨੋਜ ਨੇ ਪਾਂਡੇ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਮਨੋਜ ਤੇ ਸ਼ਰਦਾ ਨੂੰ ਦੂਰ ਕਰਨ ਦੀਆਂ ਪਾਂਡੇ ਦੀਆਂ ਸਾਰੀਆਂ ਸਾਜ਼ਿਸ਼ਾਂ ਬੇਕਾਰ ਚਲੀਆਂ ਗਈਆਂ ਇਸ ਲਈ ਉਹਨੇ ਹੁਣ ਬਦਲੀ ਹੋਈ ਸਥਿਤੀ ਨਾਲ ਸਮਝੌਤਾ ਕਰਨਾ ਬਿਹਤਰ ਸਮਝਿਆ ਭਰੋਸਾ ਤੇ ਦਿਲਾਸਾ ਪਾ ਕੇ ਪਾਂਡੇ ਦਾ ਮਨ ਵੀ ਹਲਕਾ ਹੋ ਗਿਆ ਕੁਝ ਸਮੇਂ ਬਾਅਦ ਪਾਂਡੇ ਉਹਨਾਂ ਦੋਵਾਂ ਨੂੰ ਗਾਂਧੀ ਵਿਹਾਰਾ ਤੋਂ ਸਟੈਂਡ ਤੇ ਛੱਡਣ ਚਲਾ ਗਿਆ ਆਟੋ ਦੀ ਡੀਕ ਕਰਦੇ ਮਨੋਜ ਨੇ ਨੂੰ ਪਾਂਡੇ ਨੇ ਕਿਹਾ ਮਨੋਜ ਮੈਂ ਸ਼ਰਦਾ ਦੇ ਘਰ ਫੋਨ ਕੀਤਾ ਸੀ ਭਾਵਨਾਵਾਂ ਦੇ ਵਹਾਜ ਪਾਂਡੇ ਨੇ ਆਪਣਾ ਸੱਚ ਉਗਲ ਦਿੱਤਾ ਪਾਂਡੇ ਦੀ ਗੱਲ ਸੁਣ ਕੇ ਮਨੋਜ ਨੇ ਸਿਰਫ ਇਨਾ ਆਖਿਆ ਕੋਈ ਗੱਲ ਨਹੀਂ ਪਾਂਡੇ ਹੋ ਸਕਦਾ ਏ ਇਸ ਵਿੱਚ ਵੀ ਪਰਮਾਤਮਾ ਦੀ ਕੋਈ ਵੱਖਰੀ ਇੱਛਾ ਛੁਪੀ ਹੋਵੇ ਪਾਂਡੇ ਮੌਨ ਰਿਹਾ ਉਹ ਕੁਝ ਨਾ ਬੋਲ ਸਕਿਆ ਮਨੋਜ ਤੇ ਸ਼ਰਦਾ ਆਟੋ 'ਚ ਬੈਠ ਕੇ ਨਹਿਰੂ ਵਿਹਾਰ ਵੱਲ ਚੱਲ ਪਏ ਪਾਂਡੇ ਉਹਨਾਂ ਦੋਵਾਂ ਨੂੰ ਜਾਂਦਿਆਂ ਹੋਇਆਂ ਨੂੰ ਵੇਖਦਾ ਰਿਹਾ tan vauld